ਸਤਿ ਸ਼੍ਰੀ ਅਕਾਲ ਦੋਸਤੋ, ਯੰਗ ਫਾਰਮਰ ਚੈਨਲ ਦੇਖਣ ਵਾਲੇ ਸਾਰੇ ਭੈਣਾਂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਜਾਣਦੇ ਹੋ ਕਿ ਜੋ ਪਿਛਲੇ ਦਿਨੀ 1 ਅਤੇ 2 ਮਾਰਚ ਨੂੰ ਪੰਜਾਬ ਦੇ ਮਾਲਵਾ ਏਰੀਏ ਦੇ ਵਿੱਚ ਮੀਂਹ ਅਤੇ ਗੜੇਮਾਰੀ ਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈਗਾ, ਆਪਾਂ ਕਾਫੀ ਵੀਡੀਓ ਹੁਣ ਤੱਕ ਸੋਸ਼ਲ ਮੀਡੀਆ 'ਤੇ ਦੇਖ ਚੁੱਕੇ ਹਾਂ। ਕਈ ਪਿੰਡਾਂ ਦੇ ਵਿੱਚ ਜਿਹੜਾ ਮੀਂਹ ਅਤੇ ਗੜੇਮਾਰੀ ਨੇ ਇੰਨਾ ਭਿਆਨਕ ਰੂਪ ਧਾਰਨ ਕੀਤਾ ਕਿ ਬਹੁਤ ਜ਼ਿਆਦਾ ਲੋਕਾਂ ਦੇ ਘਰਾਂ ਦਾ ਕਾਰੋਬਾਰਾਂ ਦਾ ਨੁਕਸਾਨ ਹੋਇਆ ਹੈਗਾ। ਤੂਫਾਨ ਵੀ ਆਏ ਹੈਗੇ ਕਈ ਪਿੰਡਾਂ ਦੇ ਵਿੱਚ, ਅਤੇ ਇਸੇ ਹੀ ਜਿਹੜਾ ਬਰਬਾਦੀ ਦੇ ਮੰਜ਼ਰ ਹੈਗੇ ਨੇ ਉਹ ਦੇਖੇ ਗਏ ਨੇ। ਪਿੰਡ ਆਕਲੀਆ ਕਲਾਂ ਗੋਨਿਆਣਾ ਜੈਤੋ ਰੋਡ 'ਤੇ ਆਪਾਂ ਖੜ੍ਹੇ ਹਾਂ ਖੇਤਾਂ ਦੇ ਵਿੱਚ। ਇਹ 22 ਹੋਰਾਂ ਦਾ ਫਾਰਮ ਹੈਗਾ, ਮੁਰਗੀ ਫਾਰਮ ਦਾ ਕੰਮ ਕਰਦੇ ਨੇ। ਪਿਛਲੇ ਕਾਫੀ ਸਾਲਾਂ ਤੋਂ ਇਹਨਾਂ ਦਾ ਕੰਮ ਹੈਗਾ ਅਤੇ ਇਹਨਾਂ ਦਾ ਰੁਜ਼ਗਾਰ ਹੈਗਾ ਖੇਤੀ ਦੇ ਨਾਲ ਨਾਲ। ਜਿਹੜੇ ਛੋਟੇ ਜ਼ਿਮੀਂਦਾਰ ਨੇ ਇੱਦਾਂ ਦੇ ਧੰਦੇ ਕਰ ਰਹੇ ਹੈਗੇ ਨੇ, ਅਤੇ 22 ਹੋਰੀ ਵੀ ਮੁਰਗੀ ਫਾਰਮ ਚਲਾ ਰਹੇ ਸੀਗੇ। ਅਤੇ ਜਿਹੜਾ 2 ਤਰੀਕ ਨੂੰ ਗੜੇਮਾਰੀ ਕਰਕੇ ਇਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ, ਇਹਨਾਂ ਦੇ ਦੱਸਣ ਮੁਤਾਬਕ ਕਾਫੀ ਜ਼ਿਆਦਾ ਵੱਡੇ ਸਾਈਜ਼ ਦੇ ਗੜੇ ਇੱਥੇ ਆਏ ਅਤੇ ਇਹਨਾਂ ਦੇ ਫਾਰਮ ਜਿਹੜਾ ਸਾਰਾ ਖਰਾਬ ਹੋ ਗਿਆ, ਚਾਦਰਾਂ ਦੇ ਵਿੱਚ ਮੋਰੇ ਹੋ ਗਏ ਅਤੇ ਜਾਨਵਰਾਂ ਦਾ ਕਾਫੀ ਨੁਕਸਾਨ ਹੋ ਗਿਆ। ਆਪਾਂ 22 ਹੋਰਾਂ ਨਾਲ ਗੱਲਬਾਤ ਕਰਦੇ, ਇਹਨਾਂ ਤੋਂ ਸਾਰੀ ਜਾਣਕਾਰੀ ਲੈਂਦੇ ਹਾਂ ਵੀ ਇਹ ਕਿਵੇਂ ਹੋਇਆ ਅਤੇ ਕਿੰਨਾ ਕੁ ਨੁਕਸਾਨ ਹੋਇਆ ਹੈਗਾ। ਤੇ ਬਾਈ ਆਪਣੇ ਨਾਲ ਹੈਗੇ ਨੇ ਬਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਭ ਤੋਂ ਪਹਿਲਾਂ ਜੀ ਆਪਣਾ ਨਾਮ ਦੱਸੋ ਜੀ। ਆਪਣਾ ਨਾਮ ਗੁਰਨੈਬ ਸਿੰਘ ਹੈ ਜੀ ਮੇਰਾ ਨਾਮ। ਹਾਂਜੀ, ਪਿੰਡ ਆਕਲੀਆ ਕਲਾਂ, ਠੀਕ ਹੈ, ਜ਼ਿਲ੍ਹਾ ਬਠਿੰਡਾ ਜੀ। ਬਾਈ ਕਦੋਂ ਤੋਂ ਤੁਸੀਂ ਇਹ ਮੁਰਗੀ ਫਾਰਮ ਦਾ ਕੰਮ ਕਰ ਰਹੇ ਹੋ? ਅਸੀਂ ਬਾਈ ਜੀ ਕਾਫੀ ਲੰਬੇ ਸਮੇਂ ਤੋਂ ਕਰ ਰਹੇ ਸੀ ਫਾਰਮ ਦਾ ਕੰਮ, ਤੇ ਛੋਟੀ ਪੱਧਰ ਤੇ ਸਟਾਰਟ ਕੀਤਾ, ਹੌਲੀ ਹੌਲੀ ਅੱਗੇ ਵਧੇ ਸੀਗੇ। ਠੀਕ ਹੈ ਬਾਈ। ਹਾਂਜੀ, ਤੇ ਜਿਹੜਾ ਬਾਈ ਇਹ ਨੁਕਸਾਨ ਹੋਇਆ ਹੈਗਾ, ਆਪਾਂ ਗੜੇਮਾਰੀ ਕਰਕੇ ਤੁਹਾਡਾ ਦੇਖਿਆ ਹੈਗਾ ਫਾਰਮ, ਹਨਾ, ਚਾਦਰਾਂ ਦੇ ਵਿੱਚ ਮੋਰੇ ਹੋ ਗਿਆ, ਇਹ ਕੀ ਕਹਾਣੀ ਬਣੀ ਸੀਗੀ? ਕਿਹੜੇ ਸਮੇਂ ਦੇ ਵਿੱਚ ਗੜੇ ਆਏ ਸੀਗੇ ਤੇ ਫਿਰ ਜਾਨਵਰ ਤੁਸੀਂ ਕਿਵੇਂ ਕੱਢੇ, ਸਾਰੀ ਉਹ ਕਹਾਣੀ ਦੱਸਿਓ ਜੀ। ਇਹ ਬਾਈ ਜੀ ਆਪਣਾ 2 ਤਰੀਕ ਨੂੰ ਆਏ ਸੀ, ਗੜਾਮਾਰੀ ਹੋਈ। ਹਾਂਜੀ, ਬਸ ਤਕਰੀਬਨ 2:30 ਦੇ ਆਸ ਪਾਸ, ਠੀਕ ਹੈ ਜੀ, ਸੀਗਾ 2:30 ਦਾ ਵੇਲਾ ਸੀ। ਤੇ ਇੱਕਦਮ ਜਦੋਂ ਪਹਿਲਾਂ ਮੌਸਮ ਖਰਾਬ ਹੋਏ ਗੜੇ ਆ ਗਏ, ਤੇ ਅਸੀਂ ਜਦੋਂ ਬਾਅਦ 'ਚ ਗੜੇ ਤੋਂ ਬਾਅਦ ਆਏ ਵੇਖਿਆ ਫਾਰਮਰ, ਤੇ ਉਦੋਂ ਸਾਡਾ ਕਾਫੀ ਨੁਕਸਾਨ ਹੋਇਆ ਪਿਆ ਸੀਗਾ, ਚਾਦਰਾਂ ਜਾਂ ਮੋਰੇ ਨਿਕਲੇ ਪਏ ਸੀਗੇ ਜੀ। ਅੱਛਾ ਜੀ। ਹਾਂਜੀ, ਤੇ ਅੰਦਰ ਜਾਨਵਰ ਕਾਫੀ ਮਰ ਚੁੱਕਾ ਸੀਗਾ। ਠੀਕ ਹੈ ਜੀ। ਹਾਂਜੀ ਦੋਸਤੋ, ਜਿਹੜਾ ਇਹ ਜਾਨਵਰ ਹੈਗਾ ਨਾ, ਚੂਚੇ ਹੁੰਦੇ ਨੇ, ਮੁਰਗੀਆਂ ਹੁੰਦੀਆਂ, ਮੀਂਹ ਵਾਲੇ ਜਾਂ ਸਿੱਲੇ ਮੌਸਮ ਦੇ ਵਿੱਚ ਇਹਨਾਂ ਦਾ ਵੈਸੇ ਹੀ ਨੁਕਸਾਨ ਹੋ ਜਾਂਦਾ, ਤੇ ਜਦੋਂ ਉੱਪਰੋਂ ਗੜੇ ਆਏ ਹੈਗੇ, ਅੰਦਰ ਪਾਣੀ ਭਰ ਗਿਆ ਫਾਰਮ ਦੇ ਵਿੱਚ, ਤੇ ਬਾਈ ਕਹਿੰਦਾ ਵੀ ਕਾਫੀ ਜ਼ਿਆਦਾ ਨੁਕਸਾਨ ਹੋਇਆ। ਬਾਈ ਆਪਣਾ ਕਿੱਡਾ ਕੁ ਫਾਰਮ ਸੀਗਾ, ਕਿੰਨੇ ਜਾਨਵਰ ਸੀਗੇ, ਟੋਟਲ ਕਿੰਨੇ ਸੀਗੇ? ਟੋਟਲ ਆਪਣਾ ਹੈਗਾ ਜੀ ਇਹ ਬਾਈ 3000 ਦਾ ਪ੍ਰੋਜੈਕਟ ਸੀਗਾ ਜੀ ਫਾਰਮ, ਤੇ ਆਪਣਾ 2500 ਜਾਨਵਰ ਪਾਇਆ ਸੀਗਾ। ਅੱਛਾ। ਤਕਰੀਬਨ ਮੰਨ ਕੇ ਚੱਲੋ 1000 ਕੁ ਜਾਨਵਰ ਤਾਂ ਸੀਗਾ 4-5 ਦਿਨਾਂ ਦਾ ਆਪਣੇ ਕੋਲ, ਤੇ 1000 ਕੁ ਸੀ ਮਨ ਵੱਡਾ ਮਹੀਨੇ ਕੁ ਦਾ। ਅੱਛਾ। ਤੇ 500 ਸੀ ਵੱਡਾ ਜਾਨਵਰ ਅਜੇ ਵੀ ਕਰੀ ਉਹਨੂੰ ਰਹਿੰਦਾ ਸੀਗਾ, ਅੰਡੇ ਦੇ ਮੁਰਗੀ ਲਾਈ ਸੀ, ਤੇ 500 ਜਾਨਵਰ ਰਹਿ ਗਿਆ ਸੀ ਪਿੱਛੇ। ਅੱਛਾ। ਹਾਂਜੀ, ਤੇ ਉਹਨਾਂ ਵਿੱਚੋਂ ਮੰਨ ਕੇ ਚੱਲੋ ਤਕਰੀਬਨ ਸਾਰਾ ਜਾਨਵਰ 600-700 ਜਾਨਵਰ ਬਜਾਊਗਾ ਜੀ। ਅੱਛਾ, 2500 ਚੋਂ? ਹਾਂਜੀ ਹਾਂਜੀ। ਠੀਕ ਆ ਬਾਈ, ਬਹੁਤ ਜ਼ਿਆਦਾ ਨੁਕਸਾਨ ਹੈਗਾ ਜਿਵੇਂ 22 ਹੋਰਾਂ ਨੇ ਦੱਸਿਆ ਹੈਗਾ। ਬਾਈ ਫਿਰ ਜਦੋਂ ਨੁਕਸਾਨ ਹੋਇਆ, ਬਾਕੀ ਜਾਨਵਰ ਤੁਸੀਂ ਕਿਵੇਂ ਕੱਢਿਆ, ਹੈ ਨਾ, ਸਾਰਾ ਜਿਵੇਂ ਤੁਹਾਡਾ ਦੇਖਿਆ ਹੈਗਾ ਆਪਾਂ ਕਮਰਿਆਂ ਦੇ ਵਿੱਚ, ਤੁਸੀਂ ਘਰ ਦੇ ਕਮਰਿਆਂ 'ਚ ਰੱਖੀ ਬੈਠੇ ਹੋ, ਹਾਂਜੀ, ਉਦੋਂ ਫਿਰ ਕਿਵੇਂ ਕੱਢੇ ਜਾਨਵਰ ਜੀ ਗੜਿਆਂ ਦੇ ਵਿੱਚ? ਵੀਰੇ ਉਦੋਂ ਮੀਂਹ ਪੈ ਰਿਹਾ ਸੀ ਕਾਫੀ, ਫਿਰ ਆਪਣੇ ਕੁਛ ਤਾਂ ਜਿਹੜਾ ਵੱਡਾ ਜਾਨਵਰ ਸੀ ਆਪਣੀ ਸਵਾਦ ਸੀ ਤੂੜੀ ਵਾਲੀ, ਉਹ ਜੋ ਸਮਾਨ ਦਵਾ ਦਾ ਮੀਂਹ ਪੈਂਦੇ, ਜਦ ਸਾਰਾ ਜਿੰਨੇ ਆਪਣੇ ਪਰਿਵਾਰਕ ਮੈਂਬਰ ਹੁੰਦੇ ਆ ਸਾਰੇ ਲੱਗ ਲਗਾ ਕੇ ਆਪਾਂ ਸਮਾਨ ਬਾਹਰ ਕੱਢ ਗਏ, ਤੇ ਵੱਡਾ ਜਾਨਵਰ ਤਾਂ ਆਪਾਂ ਉਹਦੇ ਵਿੱਚ ਛੱਡਿਆ, ਤੇ ਛੋਟਾ ਜਾਨਵਰ ਉਧਰ ਆਪਣਾ ਰਹਿਸ਼ ਵਾਲੇ ਕਮਰੇ ਸੀਗੇ ਜੀ, ਫਿਰ ਛੋਟਾ ਜਾਨਵਰ ਚੱਕ ਚੱਕ ਜੋ ਬਚਿਆ ਫਿਰ ਚੱਕ ਚੱਕ ਉਹਦੇ ਵਿੱਚ।
ਹੁਣ ਫਿਰ ਬਾਈ ਨੁਕਸਾਨ ਹੋਇਆ ਹਨਾ, ਚਲੋ ਖੇਤੀਬਾੜੀ ਦੇ ਨੁਕਸਾਨ ਹੁੰਦੇ ਆ, ਜਿਵੇਂ ਆਪਾਂ ਕਣਕ ਦੇਖ ਰਹੇ ਇਹਦਾ ਵੀ ਕਾਫੀ ਨੁਕਸਾਨ ਆ, ਇਹਦਾ ਚਲੋ ਮੁਆਵਜ਼ਾ ਕਈ ਵਾਰੀ ਸਰਕਾਰਾਂ ਦੇ ਦਿੰਦੀਆਂ ਥੋੜਾ ਬਹੁਤ ਜਿੰਨਾ ਹੁੰਦਾ, ਤੇ ਤੁਹਾਡੇ ਵਾਲੇ ਕੰਮ ਦਾ ਕਿਤੇ ਪਹੁੰਚ ਕੀਤੀ ਆ ਕੋਈ, ਹੈਗਾ ਵੀ ਇਹਦਾ ਵੀ ਆਪਾਂ ਨੂੰ ਮੁਆਵਜ਼ਾ ਮਿਲੂਗਾ? ਦੇਖੋ ਬਈ ਊਂ ਤਾਂ ਵੈਸੇ ਤਾਂ ਆਪਣੇ ਜਦੋਂ ਵੀ ਕੋਈ ਵੀ ਬਿਮਾਰੀ ਆਉਂਦੀ ਆ, ਡਾਕਟਰ ਸਾਹਿਬ ਆਉਂਦੀਆਂ ਟੀਮਾਂ, ਉਦੋਂ ਹੀ ਆਪਣੇ ਫਾਰਮਰ ਨੂੰ ਘੇਰ ਲੈਂਦੀਆਂ। ਹਾਂਜੀ, ਵੀ ਕਹਿ ਦਿੰਦੇ ਆ ਵੀ ਇਹ ਬਿਮਾਰੀ ਜਿਹੜੀ ਸ਼ੁਰੂ ਹੁੰਦੀ ਆ ਫਾਰਮਰ ਤੋਂ ਸ਼ੁਰੂ ਹੁੰਦੀ ਆ। ਹਾਂਜੀ, ਤੇ ਉੱਥੇ ਆਪਣਾ ਪਿੰਡ ਆਪਣੇ ਡਿਪੈਂਸਰੀ ਡਾਕਟਰ ਸਾਹਿਬ ਆ, ਉਹ ਵੀ ਆ ਕੇ ਆਪਣਾ ਸਾਰਾ ਜਾਨਵਰ ਪਤਾ ਕਰਦੇ ਵੀ ਕਿੰਨਾ ਜਾਨਵਰ ਆ ਫਾਰਮ 'ਚ, ਹੁਣ ਪਤਾ ਲੱਗੂ ਵੀ ਆਪਣਾ ਉੱਥੇ ਬਣਦਾ ਕੁਛ ਕਿ ਨਹੀਂ। ਤੁਸੀਂ ਗਏ ਹੋ ਕਿਤੇ, ਪਹੁੰਚ ਕੀਤੀ ਆ ਜੀ? ਦੇਖੋ ਬਾਈ, ਆਏ ਪਟਵਾਰੀ ਸਾਹਿਬ ਆਏ ਸੀਗੇ, ਦੇਖ ਕੇ ਚਲੇ ਗਏ, ਕਹਿੰਦੇ ਅਰਜੀ ਦਿਓ, ਅੱਜ ਔਨਲਾਈਨ ਆਪਾਂ ਅਰਜੀ ਡੀਸੀ ਸਾਹਿਬ ਨੂੰ ਅਰਜੀ ਦਿੱਤੀ ਆ ਜੀ। ਬਾਈ ਹੋਰੀ ਔਨਲਾਈਨ ਅਰਜੀ ਦੇ ਚੁੱਕੇ ਆ ਜੀ, ਜਿਨ੍ਹਾਂ ਦਾ ਨੁਕਸਾਨ ਹੋਇਆ ਹੈਗਾ, ਬਾਕੀ ਅੱਗੇ ਗੱਲ ਸਰਕਾਰ ਦੀ ਆ, ਪ੍ਰਸ਼ਾਸਨ ਦੀ ਆ, ਹੈ ਨਾ, ਵੀ ਇਹਨਾਂ ਦਾ ਨੁਕਸਾਨ ਦੇਖ ਕੇ ਸਾਰਾ ਜਿੰਨਾ ਇਹਨਾਂ ਦਾ ਬਣਦਾ ਹੈਗਾ ਮੁਆਵਜ਼ਾ, ਜਿੰਨਾ ਕੁ ਨੁਕਸਾਨ ਹੋਇਆ ਉਹ ਮਿਲਣਾ ਚਾਹੀਦਾ ਹੈਗਾ। ਅਤੇ ਬਾਕੀ ਜਿਹੜਾ ਇਹਨਾਂ ਦੇ ਇੱਥੇ ਏਰੀਏ ਦੇ ਵਿੱਚ ਇਸ ਪਿੰਡ ਦੇ ਆਲੇ ਦੁਆਲੇ ਅਸੀਂ ਆ ਕੇ ਦੇਖਿਆ ਹੈਗਾ, ਜਿਵੇਂ ਤੁਸੀਂ ਇੱਧਰ ਸਰ੍ਹੋਂ ਦੇਖ ਸਕਦੇ ਹੋ ਕਿਵੇਂ ਗੜਿਆਂ ਨੇ ਤੋੜੀ ਹੈਗੀ ਆ, ਨਾਲ ਆਲੂ ਦਾ ਖੇਤ ਆ, ਇਹ ਵੀ ਹਜੇ ਕੱਚਾ ਆਲੂ ਸੀਗਾ, ਇਹਦਾ ਬਹੁਤ ਨੁਕਸਾਨ ਹੋਇਆ। ਅਤੇ ਆਪਣੇ ਪਿੱਛੇ ਜਿਹੜੀ ਕਣਕ ਦੀ ਫਸਲ ਹੈਗੀ ਆ, ਇਹ ਵੀ ਬਹੁਤ ਜ਼ਿਆਦਾ ਨੁਕਸਾਨੀ ਗਈ ਆ, ਹੁਣ ਨੁਕਸਾਨ ਪਤਾ ਲੱਗ ਰਿਹਾ ਹੈਗਾ। ਬੱਲੀਆਂ ਜਿਹੜੀਆਂ ਉਹਨਾਂ ਦੀਆਂ ਮੱਖੀਆਂ ਹੈਗੀਆਂ ਸੁੱਕਣੀਆਂ ਸ਼ੁਰੂ ਹੋ ਗਈਆਂ ਹੈਗੀਆਂ। ਆਪਣੇ ਨਾਲ ਬਾਪੂ ਜੀ ਹੋਰੀ ਵੀ ਖੜੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਬਾਪੂ ਜੀ, ਤੁਹਾਡੀ ਕਾਫੀ ਉਮਰ ਹੋ ਚੁੱਕੀ ਆ, ਹੈ ਨਾ, ਤੁਸੀਂ ਹਰ ਤਰ੍ਹਾਂ ਦਾ ਮੌਸਮ ਦੇਖਿਆ ਹੈਗਾ, ਪਹਿਲਾਂ ਕਦੇ ਇੱਦਾਂ ਦਾ ਗੜੇਮਾਰੀ ਇੱਦਾਂ ਹੋਈ ਸੀਗੀ ਜੀ? ਬਹੁਤ ਹੋਈ ਜਾਂਦੀ, ਹੁਣ ਤਾਂ ਜ਼ਿਆਦਾ ਨੁਕਸਾਨ ਹੋ ਗਏ, ਐਤਕੀ ਜ਼ਿਆਦਾ ਹੋਇਆ ਜੀ, ਰਹੀ ਕੁਛ ਨਹੀਂ ਜੀ। ਕਿੰਨਾ ਕੁ ਤੁਹਾਡੇ ਹਿਸਾਬ ਨਾਲ, ਜਿਵੇਂ ਆਪਣੇ 60-70 ਮਣ ਕਣਕ ਝੜਦੀ ਹੈ, ਕਿੰਨਾ? 5-4% ਵੀ ਨਹੀਂ ਰਹੀ ਕਣਕ ਦਾ ਜੀ। ਅੱਛਾ ਜੀ, ਹਾਂਜੀ, ਵੇਖ ਲਓ ਤੁਸੀਂ, ਜਦੋਂ ਪਹਿਲਾਂ ਪਿਛਲੇ ਸਾਲ ਨੁਕਸਾਨ ਹੋਇਆ ਸੀਗਾ ਜੀ, ਉਦੋਂ ਵੀ ਇੱਥੇ ਇਸ ਪਿੰਡ 'ਚ ਹੋਇਆ ਨੁਕਸਾਨ? ਨੁਕਸਾਨ ਉਦੋਂ ਵੀ ਹੋਇਆ, ਮਿਲਿਆ ਸੀ ਮੁਆਵਜ਼ਾ? ਮੁਆਵਜ਼ਾ ਵੀ ਆਪਾਂ ਨਹੀਂ ਮਿਲਿਆ ਜੀ। ਆਪਣੇ ਨਾਲ ਬਾਪੂ ਜੀ ਖੜੇ ਨੇ, ਇਹਨਾਂ ਦੇ ਫਾਰਮ ਸੀਗਾ, ਹੈ ਨਾ, ਬਾਈ ਹੋਰਾਂ ਦੇ ਬਾਪੂ ਜੀ ਨੇ, ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਬਾਪੂ ਜੀ, ਤੁਹਾਡਾ ਜਿਹੜਾ ਨੁਕਸਾਨ ਕਾਫੀ ਹੋਇਆ ਹੈਗਾ, ਤੁਹਾਨੂੰ ਆਸ ਹੈਗੀ ਹੈ ਜੀ ਕਿਤੋਂ ਜਿਹੜਾ ਨੁਕਸਾਨ ਹੋਇਆ ਉਹਦਾ ਮੁਆਵਜ਼ਾ ਮਿਲੇ ਜੀ? ਅਸੀਂ ਚਾਹੁੰਦੇ ਤਾਂ ਹਾਂ ਵੀ ਸਰਕਾਰ ਬਾਂਹ ਫੜੇ ਖਾਈ ਵੀੜੇ, ਮਤਲਬ ਪਹਿਲਾਂ ਤੋਂ ਹੀ ਬਾਂਹ ਫੜਦੇ ਆਏ ਆ। ਹਾਂਜੀ, ਜਿਵੇਂ ਰਾਜਾ ਰਣਜੀਤ ਸਿੰਘ ਨੇ ਕਾਲ ਪੈ ਗਿਆ, ਉਹਨੇ ਲੋਕਾਂ ਨੂੰ ਦਾਣੇ ਦਿੱਤੇ ਸੀਗੇ। ਹਾਂਜੀ, ਅਕਸਰ ਸਰਕਾਰਾਂ ਹੁੰਦੀਆਂ ਇਸੇ ਵਾਸਤੇ ਵੀ ਜਦੋਂ ਲੋਕਾਂ ਦੇ ਆਪ ਮੁਸੀਬਤ ਆਵੇ ਵੀ ਉਦੋਂ ਉਹਨਾਂ ਦੀ ਬਾਂਹ ਫੜੇ, ਅਸੀਂ ਆਸ ਕਰਦੇ ਹਾਂ ਵੀ ਸਰਕਾਰ ਕੋਲ ਨਾ ਕੋਲ ਸਾਡੀ। ਸਹੀ ਹੈ ਜੀ। ਬਾਕੀ ਤੁਹਾਡੇ ਪਿੰਡ 'ਚ ਵੀ ਬਾਈ ਨੇ ਦੱਸਿਆ ਹੈਗਾ ਵੀ ਕਣਕਾਂ ਕਈ ਖੇਤਾਂ ਦਾ ਜਮਾਂ ਹੀ ਚੱਕਦੀਆਂ, ਹੈ ਨਾ, ਗੜਿਆਂ ਇਸ ਤਰ੍ਹਾਂ ਮਤਲਬ, ਹੈ ਨਾ, ਜਿਹੜੀ ਸੀਡ ਆਈ ਹੈ ਉਸਰੇ ਐਂ ਤਾਂ ਹੈ ਨਹੀਂ ਵੀ ਸਾਡੇ ਕੱਲਿਆਂ ਦੀ ਆਈ ਹੈ। ਹਾਂਜੀ, ਇਹ ਮਗਰੋਂ ਆਈ ਹੈ, ਮਹਿਮੇ ਵੱਲੋਂ ਐਂ ਲੰਘੀ ਹੈ ਇੱਧਰ ਨੂੰ। ਠੀਕ ਹੈ ਜੀ, ਜਿਹਦੇ ਵੱਲ ਨੂੰ ਉਹ ਜਿਹੜੇ ਫਿਰ ਉਸ ਸੀਟ ਦੇ ਵਿੱਚ ਆ ਕੇ ਸਾਰਿਆਂ ਦਾ ਨੁਕਸਾਨ ਹੋਇਆ, ਕਣਕਾਂ ਮਾਰ ਗਈਆਂ ਗਈਆਂ, ਜਿਹਦਾ ਕੋਈ ਚਾਦਰਾਂ ਪਾਈਆਂ ਸੀ ਉਹਦੀਆਂ ਚਾਦਰਾਂ ਟੁੱਟ ਗਈਆਂ। ਜਿਹੜੇ ਭਰਾ ਆਪਣੇ ਠੇਕਿਆਂ ਦੇ ਖੇਤੀ ਕਰਦੇ ਆ, ਹੈ ਨਾ, ਠੇਕਿਆਂ ਦੇ ਜ਼ਮੀਨਾਂ ਲੈ ਕੇ ਮਹਿੰਗੀ, ਉਹਨਾਂ ਦਾ ਵੀ ਬੜਾ ਔਖਾ ਹੈਗਾ, ਹੈ ਨਾ। ਔਖਾ ਤਾਂ ਹੋ ਹੀ ਗਿਆ, ਤਾਂ ਫਸਲ ਹੀ ਮਾਰੀ ਗਈ ਫਿਰ। ਸਹੀ ਹੈ ਜੀ। ਦੋਸਤੋ, ਸਾਰੀ ਤੁਸੀਂ ਗੱਲਬਾਤ ਦੇਖੀ ਹੈ, ਹੈ ਨਾ, ਅਤੇ ਜਿਹੜਾ ਤੁਹਾਡੇ ਏਰੀਏ ਦੇ ਵਿੱਚ ਨੇੜੇ ਤੇੜੇ ਕਿਤੇ ਵੀ ਖੇਤੀ ਦਾ ਨੁਕਸਾਨ ਹੋਇਆ ਜਾਂ ਕਾਰੋਬਾਰ ਦਾ ਹੈਗਾ, ਤਾਂ ਆਪਣੇ ਨੇੜੇ ਦੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਿਲੋ ਇੱਕ ਵਾਰ ਜ਼ਰੂਰ, ਕਿਉਂਕਿ ਸਰਕਾਰ ਦੀਆਂ ਕਾਫੀ ਸਕੀਮਾਂ ਹੁੰਦੀਆਂ ਨੇ, ਜਿਹੜਾ ਨੁਕਸਾਨ ਹੁੰਦਾ ਹੈਗਾ ਇਹਦਾ ਕਿਤੇ ਨਾ ਕਿਤੇ ਕੋਈ ਨਾ ਕੋਈ ਹੱਲ ਹੁੰਦਾ ਹੈਗਾ, ਅਤੇ ਜੇ ਆਪਾਂ ਕਿਤੇ ਨਾ ਕਿਤੇ ਕੋਈ ਚਾਰਜੋਈ ਕਰਦੇ ਹਾਂ, ਹੈ ਨਾ, ਜਾਂਦੇ ਹਾਂ ਕਿਸੇ ਮਹਿਕਮੇ ਨੂੰ ਮਿਲਦੇ ਹਾਂ, ਤਾਂ ਕੁਛ ਨਾ ਕੁਛ ਆਪਣੇ ਹੱਥ ਜ਼ਰੂਰ ਲੱਗਦਾ ਹੈਗਾ, ਕਿਉਂਕਿ ਘਰੇ ਬੈਠਿਆਂ ਤਾਂ ਕੁਛ ਨਹੀਂ ਮਿਲਦਾ, ਹੈ ਨਾ ਬਾਈ। ਹਾਂਜੀ, ਸਹੀ। ਅਤੇ ਬਾਈ, ਜਿਵੇਂ ਤੁਹਾਡੇ ਵਰਗੇ ਭਰਾ ਹੈਗੇ ਨੌਜਵਾਨ ਆ, ਖੇਤੀ ਦੇ ਨਾਲ ਨਾਲ ਇਸ ਤਰ੍ਹਾਂ ਦੇ ਧੰਦੇ ਕਰ ਰਹੇ ਹੈਗੇ ਆ, ਤੁਸੀਂ ਤਾਂ ਕਾਫੀ ਸਮਾਂ ਜਿਵੇਂ ਦੱਸਿਆ ਵੀ ਛੋਟੇ ਲੈਵਲ ਤੋਂ ਕੰਮ ਚੱਕਿਆ ਸੀਗਾ, ਤੁਸੀਂ ਕੀ ਸਮਝਦੇ ਹੋ ਵੀ ਇਹੋ ਜਿਹੇ ਕੰਮਾਂ ਦਾ, ਸਹਾਇਕ ਧੰਦਿਆਂ ਦਾ, ਜਿਵੇਂ ਬੀਮਾ ਵਗੈਰਾ ਹੋਣਾ ਚਾਹੀਦਾ ਜੀ?
ਮੇਰੇ ਬੀਮਾ ਵਗੈਰਾ ਚਾਹੀਦਾ ਤਾਂ ਹੈਗਾ ਹੋਣਾ, ਪਰ ਥੋੜਾ ਜਿਹਾ ਉਦੋਂ ਗਹਿਲੀਆਂ ਹੋ ਜਾਂਦੀਆਂ, ਆਪਾਂ ਕਰਵਾਉਣ ਨਹੀਂ ਕਰਵਾਉਂਦੇ ਨੀਗੇ। ਹਾਂਜੀ, ਪਰ ਇਹ ਸਹਾਇਕ ਧੰਦੇ ਦਾ ਬੀਮਾ ਹੋਣਾ ਚਾਹੀਦਾ। ਠੀਕ ਹੈ। ਹਾਂਜੀ, ਵੀ ਸਰਕਾਰ ਕੋਈ ਨਾ ਕੋਈ ਮਦਦ ਫਿਰ ਕਰ ਸਕਦੀ, ਜਿਵੇਂ ਹੁਣ ਆਪਣੇ ਤੇ ਮਾਰ ਪਈ ਹੈ, ਹੁਣ ਆਪਣੇ ਤੇ ਮਾਰ ਪਈ ਹੈ, ਹੁਣ ਇੰਨੇ ਸ਼ੈੱਡ ਦੀ ਆਪਾਂ ਨੂੰ ਰਿਪੇਅਰ ਕਰਨੀ ਔਖੀ ਆ, ਇੱਕ ਮਾਰ ਆਪਾਂ ਨੂੰ ਪੈ ਡਬਲ ਗਈ, ਹਾਂਜੀ, ਉਧਰੋਂ ਆਪਣੀ ਕਣਕ ਮਰ ਗਈ, ਉਧਰੋਂ ਆਪਣਾ ਘਰੇ ਨੁਕਸਾਨ ਹੋ ਗਿਆ। ਠੀਕ ਹੈ ਬਾਈ। ਹਾਂਜੀ, ਹੁਣ ਇਹਦਾ ਫਿਰ ਬਾਈ ਜੇ ਮੰਨ ਲਓ ਕੋਈ ਨਹੀਂ ਮਦਦ ਹੁੰਦੀ ਹੈ ਨਾ, ਤੁਸੀਂ ਤਾਂ ਆਪਦਾ ਕੰਮ ਜਾਰੀ ਰੱਖਣਾ ਹੀ ਹੈਗਾ, ਕਿਵੇਂ ਫਿਰ ਇਹਦੀ ਰਿਪੇਅਰ ਤੇ ਕਿੰਨਾ ਖਰਚਾ ਆਜੂਗਾ, ਕਿਵੇਂ ਬਦਲੋਗੇ ਚਾਦਰਾਂ ਕਿ ਉਹੀ ਚੱਲ ਜਾਣਗੇ? ਹੁਣ ਵੀਰੇ ਦਿੱਕਤ ਤਾਂ ਇਹ ਆਈ ਪਈ ਆ ਜੀ, ਜੇ ਆਪਣੀ ਮੰਨ ਲਓ ਵੀ ਇੱਕ ਪਾਸੇ ਨੁਕਸਾਨ ਹੋ ਜਾਂਦਾ, ਚਾਹੇ ਫਸਲ ਮਰ ਜਾਂਦੀ, ਘਰੇ ਬਚਾਅ ਹੋ ਜਾਂਦਾ, ਤੋ ਆਪਾਂ ਨੂੰ ਉਹ ਚੱਲਣਾ ਸੌਖਾ ਸੀਗਾ। ਹਾਂਜੀ, ਚਾਹੇ ਆਪਣਾ ਫਸਲ ਬਚ ਜਾਂਦੀ, ਸ਼ੈੱਡ ਦਾ ਨੁਕਸਾਨ ਹੋ ਜਾਂਦਾ, ਵੀ ਆਪਾਂ ਨੂੰ ਮੂਹਰੇ ਫੇਰ ਵੀ ਆਪਾਂ ਨੂੰ ਐਂ ਹੁੰਦਾ ਵੀ ਆਪਣੇ ਕੋਲ ਪੈਸੇ ਆ ਜਾਂਦੇ ਇੱਧਰੋਂ, ਚਲੋ। ਹਾਂਜੀ, ਰਿਪੇਅਰ ਕਰਨੀ ਸੌਖੀ ਸੀ ਆਪਾਂ ਨੂੰ, ਹੁਣ ਦੋਨੇ ਪਾਸੇ ਕਰਕੇ ਮੁਸੀਬਤ ਗੱਲ ਬਈ ਪਈ ਆ, ਵੀ ਹੁਣ ਰਿਪੇਅਰ ਕਰਾਂਗੇ, ਮੂਹਰੋਂ ਪੈਸਾ ਆਉਂਦਾ ਨਹੀਂ ਦਿੰਦਾ, ਹਾਂਜੀ, ਤੇ ਰਿਪੇਅਰ ਕਿਵੇਂ ਕਰਾਂਗੇ? ਜੇ ਹੁਣ ਆਪਾਂ ਰਿਪੇਅਰ ਕਰਦੇ ਹਾਂ, ਮੇਰੇ ਹਿਸਾਬ 'ਚ ਆਪਣੇ ਕੋਲ ਹੈਗੀ ਆ ਘੱਟੋ ਘੱਟ 150 ਤੋਂ ਪਾਰ ਚਾਦਰ। ਠੀਕ ਹੈ ਬਾਈ, 150-250 ਚਾਦਰ ਆ ਜੀ, ਸਿਨੇ ਆਪਣਾ ਡੇਅਰੀ ਫਾਰਮ ਦਾ ਕੰਮ ਸੀਗਾ। ਅੱਛਾ, ਉਹ ਚਾਦਰਾਂ ਦਾ ਹੁਣ ਇੰਨੀ ਚਾਦਰ ਦਾ ਵੀ 150 ਲਗਭਗ ਚਾਦਰ ਦਾ ਆਪਾਂ ਨੂੰ ਨਵੀਂ ਪਾਉਣੀ ਔਖੀ ਆ, ਜਦੋਂ ਅੱਗੇ ਕੋਈ ਆਸ ਨਹੀਂ ਦੇਖਦੀ ਹੈ ਨਾ। ਹਾਂਜੀ, ਜ਼ਿਮੀਂਦਾਰ ਨੂੰ ਫਸਲ ਦਾ ਹੌਸਲਾ ਹੁੰਦਾ ਵੀ ਫਸਲ ਆਊਗੀ, ਚਲ ਆਪਾਂ ਆਪਦੇ ਕੰਮ ਸਵਾਰ ਲਾਂਗੇ। ਸਹੀ ਗੱਲ, ਫਸਲ ਵੀ ਇੱਕ ਵਾਰੀ ਨੁਕਸਾਨੀ ਗਈ, ਹਜੇ ਕੋਈ ਹੋਰ ਨਹੀਂ ਮੌਸਮ ਦਾ ਪਤਾ ਕਿਵੇਂ ਦਾ ਹੋਣਾ ਹੈ ਨਾ, ਜਿਵੇਂ ਪਿਛਲੇ ਸਾਲ ਵੀ ਬਹੁਤ ਨੁਕਸਾਨ ਹੋਇਆ ਸੀ ਇਹਨਾਂ ਦਿਨਾਂ ਦੇ ਵਿੱਚ ਮਾਰਚ ਮਹੀਨੇ 'ਚ, ਅਤੇ ਬਾਈ ਦਾ ਜਿਹੜਾ ਸਹਾਇਕ ਧੰਦਾ ਸੀਗਾ ਮੁਰਗੀ ਫਾਰਮ ਦਾ, ਉਹਦਾ ਵੀ ਕਾਫੀ ਨੁਕਸਾਨ ਹੋਇਆ। ਜਿੰਨੇ ਭਰਾ ਵੀਡੀਓ ਨੂੰ ਦੇਖ ਰਹੇ ਆ, ਸ਼ੇਅਰ ਜ਼ਰੂਰ ਕਰਿਓ ਅੱਗੇ ਹੈ ਨਾ, ਜਿੰਨੇ ਵੀ ਜ਼ਿੰਮੇਵਾਰ ਲੋਕ ਹੈਗੇ ਉਹਨਾਂ ਤੱਕ ਇਹ ਵੀਡੀਓ ਪਹੁੰਚਣੀ ਚਾਹੀਦੀ ਆ। ਅਤੇ ਬਾਈ ਹੋਰਾਂ ਦਾ ਬਠਿੰਡਾ ਜ਼ਿਲ੍ਹਾ ਬਾਈ ਆਪਣਾ, ਹਾਂਜੀ, ਬਠਿੰਡਾ ਜ਼ਿਲ੍ਹਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਵੀ ਇਹ ਜ਼ਿੰਮੇਵਾਰੀ ਬਣਦੀ ਆ ਕਿ ਇੱਦਾਂ ਦੇ ਮਿਹਨਤੀ ਭਰਾਵਾਂ ਕੋਲ ਆ ਕੇ ਇਹਨਾਂ ਦੀ ਖਬਰਸਾਰ ਲਈ ਜਾਵੇ, ਜਿੰਨਾ ਨੁਕਸਾਨ ਹੈਗਾ ਉਹਦਾ ਮੁਆਵਜ਼ਾ ਮਿਲ ਸਕੇ। ਅਤੇ ਹੋਰ ਵੀ ਜੇ ਕੋਈ ਭਰਾ ਜਿਹਦਾ ਨੁਕਸਾਨ ਹੋਇਆ ਅਤੇ ਅਜੇ ਤੱਕ ਤੁਹਾਡੇ ਕੋਲ ਕੋਈ ਨਹੀਂ ਪਹੁੰਚਿਆ, ਤਾਂ ਅਸੀਂ ਤੁਹਾਡੀ ਆਵਾਜ਼ ਬਣ ਸਕਦੇ ਹਾਂ, ਸਾਡੇ ਨਾਲ ਦਿੱਤੇ ਹੋਏ ਨੰਬਰਾਂ 'ਤੇ ਸੰਪਰਕ ਕਰ ਸਕਦੇ ਹੋ। ਬਾਕੀ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ, ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰਿਓ, ਧੰਨਵਾਦ ਜੀ।